ਬਿਸਮਿਲ੍ਲਾਹ ਰਹਿਮਾਨ ਰਹੀਮ ਅਸਲਾਮ ਅਲੈਕੁਮ ਖਾਨ ਭਰਾਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਗੰਦਮ ਦੀ ਫਸਲ ਦੇ ਵਿੱਚ ਜਿਹੜੀ ਬੂਟੀ ਵੀ ਖਤਮ ਹੋ ਜਾਏ ਤੇ ਕਨਕ ਪੀਲੀ ਵੀ ਨਾ ਹੋਏ ਕੋਈ ਸਟ੍ਰੈਸ ਵੀ ਕਿਸੇ ਕਿਸਮ ਦਾ ਕੋਈ ਨਾ ਆਏ ਤੇ ਇਹ ਵੀਡੀਓ ਤੁਹਾਡੇ ਲਈ ਇਹ ਵੀਡੀਓ ਪੂਰੀ ਵੇਖਿਓ ਇਨਸ਼ਾਅੱਲਾ ਫਾਇਦਾ ਹੋਏਗਾ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਕਰੋ ਅੱਜ 16 ਦਸੰਬਰ ਹੈ ਤੇ ਜਿਹੜੀ ਪਹਿਲੇ ਤੁਸੀਂ ਵੇਖ ਰਹੇ ਹੋ ਇਹਦੇ ਵਿੱਚ ਸਪਰੇਅ ਕਰਾਇਆ ਅਜ ਮੈਨੂੰ ਪੂਰੇ 8 ਦਿਨ ਹੋ ਚੁਕੇ ਨੇ ਤੇ ਰਿਜ਼ਲਟ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੇਂ ਦੁੰਬੀ ਸਿਟੀ ਜਾਂ ਚੌਰਾਪਤਾ ਹਰ ਕਿਸਮ ਦਾ ਜਾਲੂਦ ਉਹਦਾ ਬਿਲਕੁਲ ਸਫਾਇਆ ਹੋ ਚੁੱਕਿਆ ਹੈ ਇਹ ਕੈਮਰਾ ਸ਼ਾਇਦ ਤੁਹਾਨੂੰ ਉਹ ਰਿਜ਼ਲਟ ਨਾ ਦਿਖਾ ਸਕੇ ਜਿਹੜਾ ਕਿ ਮੇਰੀਆਂ ਅੱਖਾਂ ਵੇਖ ਰਹੀਆਂ ਨੇ ਇਹਦੇ ਬਿਲਕੁਲ ਰਿਜ਼ਲਟ 100% ਨੇ ਮਾਰ ਚੁੱਕੀਆਂ ਨੇ ਬਿਲਕੁਲ ਫੌੜ ਅੱਥਰਸਾਂ ਨੂੰ ਬਿਲਕੁਲ ਮਿੱਟੀ ਰੰਗ ਦੀ ਖਤਮ ਹੋ ਜਾਣੀਆਂ ਲੇਕਿਨ ਵੀਡੀਓ ਹੁਣ ਬਣਾਉਣ ਦਾ ਮਕਸਦ ਹੈ ਇਹ ਕਿ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਹੁਣ ਸਪਰੇਅ ਕਰਨੀ ਹੈ ਪਹਿਲਾਂ ਪਾਣੀ ਲਾ ਚੁੱਕੇ ਨੇ ਤੇ ਇੰਤਜ਼ਾਰ ਦੇ ਵਿੱਚ ਨੇ ਕਿ ਬੱਤਰ ਆਏ ਪਹਿਲੀ ਤਾਂ ਸਪਰੇਅ ਕੀਤੀ ਜਾਏ لہذا ਮੈਂ ਸੋਚਿਆ ਕਿ ਪਹਿਲਾਂ ਵੀਡੀਓ ਬਣਾ ਲਈ ਜਾਏ ਤਾਂ ਕਿ ਕਿਸਾਨ ਭਰਾਵਾਂ ਨੂੰ ਇੱਕ ਹਿੰਟ ਮਿਲ ਜਗਾ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ਜ ਜਦੇ ਨਾਲ ਸਾਡੀ ਫਸਲ ਰੁਕੇਗੀ ਵੀ ਨਾ ਉਹਦੀ ਗ੍ਰੋਥ ਵੀ ਨਹੀਂ ਰੁਕੇਗੀ ਉਹ ਪੀਲੀ ਵੀ ਨਹੀਂ ਹੋਏਗੀ ਤੇ ਰਿਜ਼ਲਟ ਵੀ 100% ਆਏਗਾ ਇਸ ਪਹਿਲੇ ਦੇ ਵਿੱਚ ਅੱਜ ਤੋਂ 8 ਦਿਨ ਪਹਿਲਾਂ ਮੈਂ ਸਜੈਂਟਾ ਦੀ ਨਿਆਸਫੇਰਾ ਦੀ ਜਿਹੜੀ ਦਵਾਈ ਹੈ ਐਕਸਲ ਤੇ ਅਲਾਈਮੈਕਸ ਇਹ ਦੋਨੋਂ ਸਪਰੇਅ ਕੀਤੀਆਂ ਹਨ ਤੇ ਜਿਨ੍ਹਾਂ ਦਾ ਬਹੁਤ ਕਾਮਯਾਬ ਰਿਜ਼ਲਟ ਮਿਲਿਆ ਹਰ ਚੀਜ਼ ਦਾ ਸਫਾਇਆ ਹੋਇਆ ਦੁੰਬੀ ਸਿੱਟੀ ਚੋਲੇ ਪੱਤੇ ਵਿੱਚ ਮੈਨਾ ਬਾਥੂ ਸਿੰਜੀ ਜੰਗਲੀ ਪਾਲਕ ਇਸ ਸਾਰਿਆਂ ਦਾ ਖਾਤਮਾ ਹੋਇਆ ਏ ਤੇ ਸਿਰਫ ਜੈਂਟਾ ਦੀ ਉਹ ਦਵਾਈ ਹੈ ਜਿਹਦੇ ਨਾਲ ਸਟ्रेस ਬਿਲਕੁਲ ਨਹੀਂ ਆਇਆ ਤੁਹਾਡੀ ਅੱਖਾਂ ਦੇ ਸਾਹਮਣੇ ਸਟ्रेस ਬਿਲਕੁਲ ਨਹੀਂ ਹੈ ਆਊਟ ਕਲਾਸ ਰਿਜ਼ਲਟ ਆਇਆ ਹੈ ਦਾ ਬਿਲਕੁਲ ਜਿਹੜੀ ਗੰਨਾਮ ਹੈ ਉਹਦੀ ਜਿਹੜੀ ਗਰੋਥ ਅੱਗੇ ਨਾਲੋਂ ਵਧੀ ਹੈ ਘਟੀ ਨਹੀਂ ਹੈ ਸਪਰੇਅ ਕਰਨ ਤੋਂ ਬਾਅਦ ਜਿਹੜੀ ਗੰਨਾਮ ਦੀ ਫਸਲ ਦੀ ਗਰੋਥ ਹੈ ਉਹ ਅੱਗੇ ਨਾਲੋਂ ਹੀ ਵੱਧ ਗਈ ਹੈ ਤੇ ਜਿਹੜਾ ਅਲੂਦ ਸੀ ਜਿਹੜੀ ਬੂੜੀ ਜਿੰਨੀ ਵੀ ਸੀ ਉਹਦਾ ਸਫਾਇਆ ਹੋ ਚੁੱਕਿਆ ਹੈ ਹਰ ਕੰਪਨੀ ਦੇ ਕੋਲ ਗੰਨਾਮ ਦੇ ਵਿੱਚ ਜਿਹੜੀ ਮੋਟੀ ਮਾਰ ਸਪਰੇਅ ਮੌਜੂਦ ਹੁੰਦੀ ਹੈ ਹਰ ਕਿਸੇ ਦੀ ਆਪਣੀ ਆਪਣੀ ਸਪਰੇਅ ਹੈ ਲੇਕਿਨ ਰਿਜ਼ਲਟ ਕਿਸੇ ਕਿਸੇ ਦਾ ਆਂਦਾ ਹੈ ਸਭ ਦਾ ਰਿਜ਼ਲਟ ਅਛਾ ਨਹੀਂ ਆਂਦਾ ਤੇ ਜੇ ਰਿਜ਼ਲਟ ਆਏ ਵੀ ਤਾਂ ਉਹਦੇ ਵਿੱਚ ਕਨਕ ਬਹੁਤ ਜ਼ਿਆਦਾ ਸਟ੍ਰੈਸ ਚ ਚਲੀ ਜਾਂਦੀ ਹੈ ਜਦੋਂ ਕਨਕ ਰੁਕਦੀ ਦੀ ਤੇ ਕੁਝ ਤੇ ਕਹਿੰਦੇ ਨੇ ਕਿ ਜਦੋਂ ਕਨਕ ਪੀਲੀ ਪੈਂਦੀ ਹੈ ਤਾਂ ਉਹਦਾ ਝਾਰ ਵੱਧਾ ਹੈ ਉਹਦੇ ਸ਼ੂਫੇ ਵੱਧਦੇ ਨੇ ਲੇਕਿਨ ਮੇਰਾ ਮਨ ਨਹੀਂ ਕਹਿੰਦਾ ਦੇਖੋ ਕੋਈ ਵੀ ਫਸਲ ਹੈ ਜਦੋਂ ਉਹਦੀ ਗ੍ਰੋਥ ਰੁਕ ਜਾਂਦੀ ਹੈ ਤੇ ਉਹਦੀ ਪੈਦਾਵਾਰ متاثر ਹੁੰਦੀ ਹੈ ਨਾ ਕਿ ਉਹਦੇ ਨਾਲ ਪੈਦਾਵਾਰ ਵਾਧੀ ਹੈ ਇਹ ਸਿਰਫ ਫੱਕੀ ਵਿੱਚ ਨਾਲੇ ਕੰਮ ਨੇ ਕਿ ਲੋਕਾਂ ਨੂੰ ਕਹੀਏ ਕਿ ਜਦੋਂ ਰੂਪ ਜਦੋਂ ਫਸਲ ਪੀਲੀ ਪਾਈਏ ਤੇ ਸ਼ੂਫੇ ਜਿਆਦਾ ਬੰਦ ਦੇਣੇ ਤੇ ਜਿਆਦਾ ਵਾਦੀਏ ਤੇ ਜਿਆਦਾ ਪੈਦਾਵਾਰ ਦਿੰਦੀ ਹੈ ਇਹ ਗੱਲ ਬਿਲਕੁਲ ਝੂਠ ਹੈ ਜਦੋਂ ਫਸਲ ਰੁਕੇਗੀ ਕੋਦੀ ਗਰੋਥ ਰੁਕੇਗੀ ਗਰੋਥ متاثر ਹੋਏਗੀ ਤੇ ਉਹਦੀ ਪੈਦਾਵਾਰ ਵੀ 100% ਦੇ ਰੀਏ متاثر ਹੋਏਗੀ ਕਮ ਹੋਏਗੀ ਜਿਆਦਾ ਮੈਂ ਇਹ ਮਸ਼ਵਰਾ ਇਹ ਹੈ ਕਿ ਤੁਸੀਂ ਸਟੈਂਡਾ ਦੀ ਨਿਆਸੋਆ ਦੀ ਅਲਾਈਮੈਕਸ ਤੇ ਐਕਸਲ ਦਾ ਇਸਤੇਮਾਲ ਕਰੋ ਤਾਂ ਕਿ ਫਸਲ ਦੀ ਗਰੋਥ ਬਿਲਕੁਲ ਨਾ ਰੁਕੇ ਤੇ ਤੁਹਾਡੀ ਪੈਦਾਵਾਰ ਵੀ ਜਿਆਦਾ ਆਏ ਤੇ ਰਿਜ਼ਲਟ ਵੀ 100% ਆਏ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤੇ ਲਾਈਕ ਕਰੋ ਤਾਕੇ ਦੂਸੇ ਕਿਸਾਂਪਰਾਵੰਦਾ ਵੀ ਫਾਇਦਾ ਹੋ ਸਕੇ ਮਿਲਦੇ ਆ ਅਗਲੀ ਵੀਡੀਓ ਚ ਉਦੋਂ ਤੱਕ ਅੱਲਾ ਹਾਫਿਜ਼